ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸੁਖਿੰਦਰ ਸਿੰਘ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਖਾਸ ਖਬਰਾਂ ਉੱਤੇ। ਹਰਿਆਣਾ ਦੇ ਕੈਥਲ ਵਿੱਚ ਮਹਾਂ ਸਿੱਖ ਸੰਮੇਲਨ ਜਾਰੀ, ਵੱਖਰੀ ਗੁਰਦੁਆਰਾ ਕਮੇਟੀ ਦਾ ਹੋ ਸਕਦਾ ਐਲਾਨ। ਸ਼੍ਰੋਮਣੀ ਕਮੇਟੀ ਨੇ 7 ਜੁਲਾਈ ਨੂੰ ਰੋਸ ਦਿਵਸ ਮਨਾਉਣ ਦਾ ਕੀਤਾ ਫੈਸਲਾ। ਇਰਾਕ 'ਚ ਅਗਵਾ ਕੀਤੀਆਂ 46 ਭਾਰਤੀ ਨਰਸਾਂ ਕੱਲ੍ਹ ਵਿਸ਼ੇਸ਼ ਜਹਾਜ਼ ਰਾਹੀਂ ਪਰਤੀਆਂ ਭਾਰਤ। ਭਾਰਤ ਨੇ ਮੰਨਿਆ ਵੱਡੀ ਕਾਮਯਾਬੀ, ਬਾਕੀ ਭਾਰਤੀਆਂ ਨੂੰ ਵੀ ਛੇਤੀ ਵਾਪਸ ਲਿਆਉਣ ਦਾ ਭਰੋਸਾ। ਇਰਾਕ ਵਿੱਚੋਂ ਪੰਜਾਬ ਪਰਤੇ ਨਵਾਂ ਸ਼ਹਿਰ ਦੇ ਰਾਜਕੁਮਾਰ ਦੀ ਮਾਨਸਿਕ ਹਾਲਤ ਨੂੰ ਲੈ ਕੇ ਪਰਿਵਾਰ ਹੋਇਆ ਪਰੇਸ਼ਾਨ। ਇਰਾਕ ਵਿੱਚ ਕੰਪਨੀ ਦੇ ਤਸ਼ੱਦਦ ਦਾ ਹੋਇਆ ਸੀ ਸ਼ਿਕਾਰ, ਸਰਕਾਰੀ ਖਰਚੇ ਤੇ ਹੋਏਗਾ ਇਲਾਜ। ਤੇ ਦੇਸ਼ ਦੇ ਦਰਜਨਾਂ ਰੇਲਵੇ ਸਟੇਸ਼ਨਾਂ ਤੇ ਧਾਰਮਿਕ ਸਥਾਨਾਂ ਤੇ ਅੱਤਵਾਦੀਆਂ ਦੀ ਨਜ਼ਰ। ਫਿਰੋਜ਼ਪੁਰ ਰੇਲਵੇ ਮੰਡਲ ਨੂੰ ਮਿਲੇ ਇੱਕ ਧਮਕੀ ਭਰੇ ਖੱਤ ਦੇ ਵਿੱਚ ਹੋਇਆ ਖੁਲਾਸਾ, ਵਧਾਈ ਗਈ ਚੌਕਸੀ। ਜੀ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਅੱਜ ਦੀ ਅਹਿਮ ਖਬਰ ਦੇ ਨਾਲ। ਹਰਿਆਣਾ ਦੇ ਕੈਥਲ ਵਿੱਚ ਵੱਖਰੀ ਕਮੇਟੀ ਦੇ ਮੁੱਦੇ ਤੇ ਅੱਜ ਮਹਾਂ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ, ਜਿੱਥੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਨੇ। ਕਾਬਲੇ ਗੌਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਜਤਾਏ ਜਾ ਰਹੇ ਵਿਰੋਧ ਦੇ ਬਾਵਜੂਦ ਵੀ ਹਰਿਆਣਾ ਦੇ ਸਿੱਖ ਆਗੂ ਲਗਾਤਾਰ ਵੱਖਰੀ ਕਮੇਟੀ ਬਣਾਏ ਜਾਣ ਦੀ ਮੰਗ ਤੇ ਡਟੇ ਹੋਏ ਨੇ। ਇਸੇ ਨੂੰ ਲੈ ਕੇ ਅੱਜ ਹਰਿਆਣਾ ਦੇ ਵਿੱਚ ਮਹਾਂ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ, ਜਿਸ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਜਾ ਸਕਦਾ। ਉਧਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਲਗਾਤਾਰ ਵੱਖਰੀ ਕਮੇਟੀ ਦਾ ਵਿਰੋਧ ਜਤਾਇਆ ਜਾ ਰਿਹਾ। ਇਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਆਪਣੇ ਸਿਆਸੀ ਹਿੱਤਾਂ ਖਾਤਰ ਸੌੜੀ ਸਿਆਸਤ ਕਰ ਰਹੀ ਹੈ, ਜਿਸ ਨਾਲ ਸਿੱਖ ਕੌਮ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਵੱਖਰੀ ਕਮੇਟੀ ਦੇ ਵਿਰੋਧ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਕੱਲ੍ਹ 7 ਜੁਲਾਈ ਨੂੰ ਰੋਸ ਦਿਵਸ ਦਾ ਐਲਾਨ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਹਰਿਆਣਾ 'ਚ ਵੱਖਰੀ ਕਮੇਟੀ ਦੇ ਮੁੱਦੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਝੀਂਡਾ ਸਮੇਤ 5 ਸਿੱਖ ਆਗੂਆਂ ਨੂੰ ਤਖ਼ਤ ਸਾਹਿਬ 'ਤੇ ਸੱਦਿਆ ਗਿਆ ਸੀ, ਪਰ ਉਹਨਾਂ ਵੱਲੋਂ ਚਿੱਠੀ ਭੇਜ ਕੇ ਜ਼ਰੂਰੀ ਰੁਝੇਵਿਆਂ ਦਾ ਹਵਾਲਾ ਦਿੰਦਿਆਂ 4 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ। ਜਿਸ ਤੋਂ ਬਾਅਦ ਸਿੰਘ ਸਾਹਿਬ ਵੱਲੋਂ 10 ਮੈਂਬਰੀ ਕਮੇਟੀ ਹਰਿਆਣਾ ਭੇਜੀ ਗਈ ਸੀ, ਜਿਸ ਦਾ ਨਤੀਜਾ ਵੀ ਬੇਸਿੱਟਾ ਰਿਹਾ ਸੀ। ਅਤੇ ਅੱਜ ਹਰਿਆਣਾ ਦੇ ਕੈਥਲ ਵਿੱਚ ਇਹ ਮਹਾਂ ਸਿੱਖ ਸੰਮੇਲਨ ਹੋ ਜਾ ਰਿਹਾ, ਜਿਸ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਕਿ ਹਰਿਆਣਾ ਵਿੱਚ ਵੱਖ ਵੱਖ ਸਿੱਖ ਆਗੂਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ, ਉਸ ਦਾ ਐਲਾਨ ਹੋ ਸਕਦਾ। ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਇਸ ਮਹਾਂ ਸਿੱਖ ਸੰਮੇਲਨ ਵਿੱਚ ਪਹੁੰਚ ਚੁੱਕੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਸੀ ਅਤੇ ਇਸ ਫੈਸਲੇ ਨੂੰ ਕਾਂਗਰਸ ਵੱਲੋਂ ਸੋੜੀ ਸਿਆਸਤ ਕਰਨਾ ਕਰਾਰ ਦਿੱਤਾ ਜਾ ਰਿਹਾ ਸੀ। ਲਗਾਤਾਰ ਉੱਠ ਰਹੇ ਵਿਰੋਧ ਦੇ ਵਿੱਚ ਅੱਜ ਮਹਾਂ ਸਿੱਖ ਸੰਮੇਲਨ ਦੇ ਵਿੱਚ ਵੱਖਰੀ ਕਮੇਟੀ ਦਾ ਐਲਾਨ ਕੀਤਾ ਜਾ ਸਕਦਾ ਹੈ। ਅਤੇ ਉੱਧਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੰਦਿਆਂ ਹਰਿਆਣਾ 'ਚ ਵੱਖਰੀ ਕਮੇਟੀ ਬਣਾਉਣ ਦੀ ਮੰਗ ਨੂੰ ਕਾਂਗਰਸ ਦਾ ਸਿੱਖ ਕੌਮ 'ਤੇ ਤੀਜਾ ਵੱਡਾ ਹਮਲਾ ਕਰਾਰ ਦਿੱਤਾ। ਕਾਂਗਰਸ ਦਾ ਤੀਜਾ ਵੱਡਾ ਹਮਲਾ ਹੈ ਸਿੱਖ ਪੰਥ, ਪਹਿਲਾ ਹਮਲਾ ਅਕਾਲ ਤਖ਼ਤ ਸਾਹਿਬ ਹਮਲਾ ਕਰਨਾ, ਦੂਜਾ ਹਮਲਾ 84 ਦੇ ਕਤਲਿਆਂ, ਤੀਜਾ ਇਹ ਹੈ। ਇਹ ਬਹੁਤ ਵੱਡਾ ਇੰਪਾਰਟੈਂਟ ਹੈ, ਜਿਹੜੇ ਬੰਦੇ ਇਹਦੇ ਹੱਕ 'ਚ ਬੋਲਦੇ ਹੈ
ਮੈਨੂੰ ਦੁੱਖ ਹੈ ਕਿ ਇੱਥੇ ਅਮਰਿੰਦਰ ਸਿੰਘ ਵਰਗੇ ਬਾਜਵੇ ਵਰਗੇ ਉਹ ਬੋਲਦੇ ਆ, ਉਹਨਾਂ ਨੂੰ ਸਿੱਖ ਇਤਿਹਾਸ ਦਾ ਪਤਾ ਹੀ ਨਹੀਂ ਕਿ ਇਹ ਜਿਹੜੀ ਪ੍ਰਾਪਤੀ ਹੋਈ ਹੈ ਇਹ ਅੰਗਰੇਜ਼ ਦੇ ਜ਼ਮਾਨੇ ਵਿੱਚ ਹਜ਼ਾਰਾਂ ਲੋਕਾਂ ਨੇ ਜਾਨਾਂ ਵਾਰੀਆਂ। ਅਤੇ ਹੁਣ ਗੱਲ ਕਰਦੇ ਹਾਂ ਕੁਝ ਹੋਰ ਖਬਰਾਂ ਦੀ। ਆਖਿਰਕਾਰ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਇਰਾਕ 'ਚ ਅਗਵਾ ਹੋਈਆਂ 46 ਭਾਰਤੀ ਨਰਸਾਂ ਕੱਲ੍ਹ ਭਾਰਤ ਪਹੁੰਚ ਗਈਆਂ ਨੇ। ਰਿਹਾਅ ਹੋਈਆਂ ਇਹਨਾਂ ਨਰਸਾਂ ਨੂੰ ਕੱਲ੍ਹ ਸਵੇਰੇ 8:43 'ਤੇ ਵਿਸ਼ੇਸ਼ ਜਹਾਜ਼ ਰਾਹੀਂ ਏਰਬਿਲ ਏਅਰਪੋਰਟ ਤੋਂ ਮੁੰਬਈ ਲਿਆਂਦਾ ਗਿਆ, ਜਿੱਥੋਂ ਇਹਨਾਂ ਨੂੰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਕੋਚੀ ਪਹੁੰਚਾਇਆ ਗਿਆ, ਜਿੱਥੇ ਕੇਰਲ ਦੇ ਮੁੱਖ ਮੰਤਰੀ ਓਮਨ ਚਾਂਡੀ ਅਤੇ ਇਹਨਾਂ ਦੇ ਪਰਿਵਾਰ ਵੱਲੋਂ ਏਅਰਪੋਰਟ 'ਤੇ ਇਹਨਾਂ ਦਾ ਸਵਾਗਤ ਕੀਤਾ ਗਿਆ। ਇਰਾਕ ਤੋਂ ਆਏ ਇਸ ਵਿਸ਼ੇਸ਼ ਜਹਾਜ਼ ਵਿੱਚ 46 ਭਾਰਤੀ ਨਰਸਾਂ ਸਮੇਤ 183 ਲੋਕ ਸ਼ਾਮਲ ਨੇ, ਜਿਹੜੇ ਇਰਾਕ ਤੋਂ ਸਹੀ ਸਲਾਮਤ ਵਾਪਸ ਪਰਤੇ ਨੇ। ਦਰਸ਼ਕਾਂ ਦੱਸ ਦਈਏ ਕਿ ਨਰਸਾਂ ਕੇਰਲ ਦੀਆਂ ਰਹਿਣ ਵਾਲੀਆਂ ਨੇ, ਜਿਨ੍ਹਾਂ ਨੂੰ ਇਰਾਕ ਦੇ ਤਿਕਰਿਤ ਵਿੱਚ ਸਥਿਤ ਹਸਪਤਾਲ 'ਚੋਂ 3 ਜੁਲਾਈ ਨੂੰ ਅਗਵਾ ਕਰ ਲਿਆ ਗਿਆ ਸੀ। ਬਹਿਰਹਾਲ ਹਾਲੇ ਵੀ 39 ਦੇ ਕਰੀਬ ਭਾਰਤੀ ਇਰਾਕ ਵਿੱਚ ਫਸੇ ਹੋਏ ਨੇ, ਜਿਨ੍ਹਾਂ ਦੀ ਘਰ ਵਾਪਸੀ ਲਈ ਭਾਰਤ ਸਰਕਾਰ ਲਗਾਤਾਰ ਹਰ ਸੰਭਵ ਕੋਸ਼ਿਸ਼ ਵਿੱਚ ਜੁਟੀ ਹੋਈ ਹੈ। ਅਤੇ ਇਰਾਕ ਵਿੱਚ ਅਗਵਾ ਕੀਤੇ ਪੰਜਾਬੀਆਂ ਦੇ ਮਨਾਂ 'ਤੇ ਉੱਥੋਂ ਦੇ ਖਤਰਨਾਕ ਮੰਜ਼ਰ ਦਾ ਅਜਿਹਾ ਅਸਰ ਹੋਇਆ ਕਿ ਦੇਸ਼ ਵਾਪਸ ਪਰਤਣ 'ਤੇ ਵੀ ਉਹ ਉਸ ਮੰਜ਼ਰ ਨੂੰ ਭੁੱਲ ਨਹੀਂ ਪਾ ਰਹੇ। ਅਜਿਹਾ ਹੀ ਕੁਝ ਨਵਾਂਸ਼ਹਿਰ ਰਾਹੋਂ ਦੇ ਮੁਹੱਲਾ ਅਰਨਹਾਲੀ ਦੇ ਰਹਿਣ ਵਾਲਾ ਰਾਜਕੁਮਾਰ ਨਾਲ ਹੋਇਆ। ਇਰਾਕ ਤੋਂ ਵਾਪਸ ਪਰਤਣ 'ਤੇ ਉਸਦੇ ਦਿਮਾਗ 'ਤੇ ਇੰਨਾ ਡੂੰਘਾ ਅਸਰ ਹੋਇਆ ਕਿ ਉਹ ਆਪਣੇ ਹੀ ਘਰ ਦੇ ਮੈਂਬਰਾਂ ਨੂੰ ਪਹਿਚਾਣ ਨਹੀਂ ਪਾ ਰਿਹਾ ਅਤੇ ਨਾ ਹੀ ਕੁਝ ਬੋਲ ਰਿਹਾ। ਇਸ 'ਤੇ ਰਾਜਕੁਮਾਰ ਦੀ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਦੇ ਵਾਪਸ ਪਰਤਣ ਦੀ ਉਹਨਾਂ ਨੂੰ ਖੁਸ਼ੀ ਤਾਂ ਸੀ, ਪਰ ਇਸ ਹਾਲਾਤ 'ਤੇ ਚਿੰਤਾ ਵੀ ਹੈ। ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹੋਣ ਕਰਕੇ ਸਾਫ਼ ਜ਼ਾਹਰ ਹੁੰਦਾ ਹੈ ਕਿ ਇਰਾਕ ਵਿੱਚ ਜਿਸ ਕੰਪਨੀ 'ਚ ਉਹ ਕੰਮ ਕਰਦਾ ਸੀ ਉੱਥੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ। ਇਸ ਮੌਕੇ ਡਾਕਟਰ ਨੇ ਦੱਸਿਆ ਕਿ ਦਿਮਾਗ 'ਤੇ ਡੂੰਘਾ ਅਸਰ ਹੋਣ ਕਰਕੇ ਰਾਜਕੁਮਾਰ ਬੋਲਣ ਵਿੱਚ ਅਸਮਰੱਥ ਤੌਰ 'ਤੇ ਪਰੇਸ਼ਾਨ, ਲੜਾਈ ਲੱਗਣ ਕਰਕੇ ਅਤੇ ਪਰਸੋਂ ਘਰ ਆ ਗਏ। ਰੋਟੀ ਖਾਣ ਦਾ ਨਹੀਂ ਪਤਾ ਹੈਗਾ, ਬੋਲ ਨਹੀਂ ਸਕਦੇ ਹੈਗੇ। ਵੀ ਇਹਨਾਂ ਨੂੰ ਕਮਰੇ ਵਿੱਚ ਬੰਦ ਕਰਕੇ ਰੱਖਿਆ, ਜਿੱਦਾਂ ਕੁੱਟਮਾਰ ਵੀ ਕੀਤੀ ਆ। ਇਸ ਟਾਈਮ ਮੈਂਟਲੀ ਟਰੋਮਾ ਦੇ ਵਿੱਚ ਹੈ। ਅਸੀਂ ਸਰਕਾਰ ਵੱਲੋਂ ਦਿੱਤੀ ਗਈ ਸਹੂਲਤ ਨੂੰ ਪੂਰੀ ਤਰ੍ਹਾਂ ਦੇ ਰਹੇ ਹਾਂ, ਆਪਣੇ ਨਾਲ ਲੈ ਕੇ ਜਾ ਰਹੇ ਹਾਂ। ਮੇਰੇ ਨਾਲ SDM ਸਾਹਿਬ ਨੇ ਆਏ ਨੇ ਔਰ ਸਾਰਾ ਸਾਡਾ ਕੋਰਮਾ ਆਇਆ, ਮਰੀਜ਼ ਨੂੰ ਅਸੀਂ ਨਾਲ ਲੈ ਕੇ ਜਾਵਾਂਗੇ। ਉੱਥੇ ਉਹਨਾਂ ਦੀ ਪੂਰੀ ਮਦਦ ਕਰਾਂਗੇ ਜਿੰਨੀ ਸਾਡੇ ਵੱਲੋਂ ਹੋ ਸਕਦੀ ਹੈ। ਮਰੀਜ਼ ਦੇ ਮੈਂਟਲੀ ਟਰੋਮਾ ਮੇਨ ਕਾਰਨ ਹੈ। ਅਸੀਂ ਹੁਣ ਡਾਕਟਰ ਨੂੰ ਨਾਲ ਲੈ ਕੇ ਆ ਪਾਏ ਹਾਂ ਇਹਨਾਂ ਦਾ ਚੈੱਕਅਪ ਕਰਾਉਣ ਵਾਸਤੇ। ਡਾਕਟਰ ਸਾਹਿਬ ਨੇ ਚੈੱਕਅਪ ਕਰ ਲਿਆ ਅਤੇ ਉਹਨਾਂ ਨੇ ਕਿਹਾ ਕਿ ਥੋੜ੍ਹਾ ਜਿਹਾ ਹੋਸਪਿਟਲ ਦੇ ਵਿੱਚ ਐਕਸਰੇ ਵਗੈਰਾ ਕਰਨ ਦੀ ਲੋੜ ਹੈ, ਤਾਂ ਅਸੀਂ ਐਂਬੂਲੈਂਸ ਬੁਲਵਾਈ ਹੈ। ਅਸੀਂ ਐਂਬੂਲੈਂਸ ਦੇ ਵਿੱਚ ਇਹਨਾਂ ਨੂੰ ਹੋਸਪਿਟਲ ਸ਼ਿਫਟ ਕਰ ਦਾਂਗੇ, ਫਿਰ ਜਿਵੇਂ ਵੀ ਉੱਥੇ ਟ੍ਰੀਟਮੈਂਟ ਦੀ ਲੋੜ ਹੋਏਗੀ ਉਹ ਸਾਰਾ ਇਹਨਾਂ ਦਾ ਫ੍ਰੀ ਆਫ ਕੋਸਟ ਜਿਹੜਾ ਸਰਕਾਰੀ ਖਰਚੇ ਦੇ ਉੱਪਰ ਪ੍ਰੋਵਾਈਡ ਕੀਤਾ ਜਾਊਗਾ। ਅਤੇ ਆਉਣ ਵਾਲੀ 10 ਜੁਲਾਈ ਨੂੰ ਦੇਸ਼ ਭਰ ਦੇ ਦਰਜਨਾਂ ਸਟੇਸ਼ਨਾਂ ਨੂੰ ਬੰਬ ਧਮਾਕਿਆਂ ਨਾਲ ਉਡਾ ਦਿੱਤਾ ਜਾਵੇਗਾ, ਜਦਕਿ ਆਉਣ ਵਾਲੀ 12 ਜੁਲਾਈ ਨੂੰ ਦੇਸ਼ ਦੇ ਧਾਰਮਿਕ ਸਥਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਦਰਅਸਲ ਇਹ ਖੁਲਾਸਾ ਫਿਰੋਜ਼ਪੁਰ ਰੇਲ ਮੰਡਲ ਨੂੰ ਮਿਲੇ ਇੱਕ ਧਮਕੀ ਭਰੇ ਖੱਤ ਵਿੱਚ ਹੋਇਆ, ਜਿਸ ਨੂੰ ਆਤੰਕਵਾਦੀ ਸੰਗਠਨ ਲਸ਼ਕਰ ਏ ਤੋਇਬਾ ਦੇ ਨਾਮ 'ਤੇ ਭੇਜਿਆ ਗਿਆ। ਇਹ ਖੱਤ ਮਿਲਣ ਤੋਂ ਬਾਅਦ ਫਿਰੋਜ਼ਪੁਰ ਵਿੱਚ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕਈ ਸਟੇਸ਼ਨਾਂ 'ਤੇ ਨਜ਼ਰਸਾਨੀ ਵਧਾ ਦਿੱਤੀ ਗਈ ਹੈ। ਉੱਧਰ ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਮੈਨੇਜਰ ਨੇ ਕਿਹਾ ਕਿ ਇਸ ਧਮਕੀ ਭਰੇ ਖੱਤ ਨੂੰ ਰੇਲਵੇ ਪ੍ਰੋਟੈਕਸ਼ਨ ਸਿਕਿਉਰਿਟੀ ਨੂੰ ਭੇਜ ਦਿੱਤਾ ਗਿਆ ਅਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਦੋ ਪੇਜ ਕਾ ਕਿਸੀ ਨੇ ਹਾਥ ਸੇ ਲਿਖਾ ਹੈ, ਫਿਰ ਵੀ ਉਸਕੋ ਹਮਾਰੀ ਜੋ ਸਿਕਿਉਰਿਟੀ ਏਜੰਸੀ ਹੈ, ਰੇਲਵੇ ਪ੍ਰੋਟੈਕਸ਼ਨ ਫੋਰਸ ਹੈ, ਉਸਕੋ ਦੇ ਦਿਆ ਗਿਆ ਹੈ ਔਰ ਉਹ ਲੋਕ ਚੌਕਰਨੇ ਰਹੇਗੇ ਕਿਸੀ ਵੀ ਐਸੀ ਵਾਰਦਾਤ ਕੋ ਅੰਜਾਮ ਨਾ ਹੋ, ਤਾਂ ਕਿ ਉਹ ਚੌਕਰਨੇ ਰਹੇ, ਉਸਕੋ ਰੋਕਾ ਜਾ ਸਕੇ। ਅਬ ਇਹ ਕਹਿਣਾ ਮੁਸ਼ਕਿਲ ਹੈ ਕਿ ਉਹ ਕਿਨ ਲੋਕੋਂ ਕਾ ਹਾਥ ਹੈ, ਕਿਉਂਕਿ ਜੋ ਮਿਲਾ ਹੈ ਤਾਂ ਉਸਮੇਂ ਕੋਈ ਐਸਾ ਕੋਈ ਸੁਰਾਗ ਤੋਂ ਹੈ ਨਹੀਂ।
ਕਹਾਂ ਸੇ ਆਇਆ ਕਿਆ ਆਇਆ। ਤੇ ਜਿੱਥੇ ਹੁਣ ਤੱਕ ਪੰਜਾਬ ਪੁਲਿਸ ਅਧਿਕਾਰੀ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ, ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੱਲ੍ਹ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਨਸ਼ਾ ਛਡਾਊ ਕੇਂਦਰ ਦੇ ਦੌਰੇ ਦੌਰਾਨ ਨਸ਼ੇ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਾਲ ਜਾਣਿਆ ਗਿਆ। ਇਸ ਮੌਕੇ ਬਾਦਲ ਨੇ ਕਿਹਾ ਕਿ ਰਾਜ ਭਰ ਵਿੱਚ ਨਸ਼ਿਆਂ ਦੇ ਕੋਡ ਨੂੰ ਖਤਮ ਕਰਨ ਲਈ ਹਰ ਜ਼ਿਲ੍ਹੇ ਵਿੱਚ ਨਸ਼ਾ ਛਡਾਊ ਕੇਂਦਰ ਖੋਲ੍ਹੇ ਜਾ ਰਹੇ ਨੇ ਤਾਂ ਜੋ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਦੀ ਤਸਕਰੀ ਕਰਨ ਵਾਲਾ ਚਾਹੇ ਕੋਈ ਵੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਜਿਹੜੇ ਨਸ਼ੇ ਹੈ ਇਹਨਾਂ ਦੀ ਸਪਲਾਈ ਲਾਈਨ ਬੰਦ ਹੈ, ਜੇ ਸਪਲਾਈ ਲਾਈਨ ਬੰਦ ਹੋ ਗਈ ਤਾਂ ਲੋਕ ਇੱਥੇ ਹੁਣ ਕਈਆਂ ਨੇ ਪੁੱਛਿਆ ਉਹਦੇ ਮਿਲਣੇ ਨਹੀਂ ਸੀ, ਅਸੀਂ ਆਖਿਆ ਚਲੋ ਇੱਥੇ ਇਲਾਜ ਕਰਾਂ। ਦੂਜਾ ਹੈ ਕਿ ਇਹਨਾਂ ਦਾ ਇਲਾਜ ਹੋ, ਇਹ ਇਲਾਜ ਜਿਹੜਾ ਹੈ ਇਹ ਕੋਈ ਬਹੁਤਾ ਇਹ ਨਹੀਂ ਕਿ ਇਹਦੇ 'ਚ ਮੁਸ਼ਕਿਲ ਹੈ, ਜਿਵੇਂ ਦੂਜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਇਹ ਵੀ ਇੱਕ ਬਿਮਾਰੀ ਹੈ, ਇਹਦਾ ਵੀ ਇਲਾਜ। ਸਰਕਾਰ ਪੂਰੇ ਜ਼ੋਰ ਨਾਲ ਇਹ ਕੋਸ਼ਿਸ਼ ਕਰ ਰਹੀ ਹੈ ਪੰਜਾਬ ਨੂੰ ਨਸ਼ਾ ਮੁਕਤ ਕੀਤਾ। ਤੇ ਵਾਧੇ ਅਗਲੀ ਖਬਰ ਵੱਲ, ਮੋੜ ਮੰਡੀ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਡੀਜ਼ਲ ਚੋਰੀ ਕਰਨ ਵਾਲੇ ਇੱਕ ਗਰੋਹ ਨੂੰ ਕਾਬੂ ਕੀਤਾ। ਜਾਣਕਾਰੀ ਦੇ ਮੁਤਾਬਕ ਲੱਕੀ ਢਾਬੇ ਦਾ ਮਾਲਕ ਟੇਕ ਸਿੰਘ ਕੰਪਨੀ ਦੀਆਂ ਗੱਡੀਆਂ ਦੇ ਡਰਾਈਵਰਾਂ ਨਾਲ ਮਿਲ ਕੇ ਡੀਜ਼ਲ ਚੋਰੀ ਕਰਦਾ ਅਤੇ ਆਪਣਾ ਕਮਿਸ਼ਨ ਲੈ ਕੇ ਅੱਗੇ ਪੈਟਰੋਲ ਪੰਪਾਂ ਨਾਲੋਂ ਘੱਟ ਰੇਟ 'ਤੇ ਵੇਚਦਾ। ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਕਤ ਢਾਬੇ 'ਤੇ ਛਾਪੇਮਾਰੀ ਦੌਰਾਨ ਐਚ ਪੀ ਕੰਪਨੀ ਦੀ ਇੱਕ 10 ਟਾਇਰ ਵਾਲੀ ਟਰੱਕ ਟੈਂਕੀ ਅਤੇ ਇੱਕ ਮਾਰੂਤੀ ਵੈਨ ਜਿਸ ਵਿੱਚ ਇੱਕ 500 ਲੀਟਰ ਦੀ ਪਾਣੀ ਵਾਲੀ ਟੈਂਕੀ ਅਤੇ ਮੋਟਰ ਫਿੱਟ ਕੀਤੀ ਹੋਈ ਸੀ ਅਤੇ 190 ਲੀਟਰ ਡੀਜ਼ਲ ਬਰਾਮਦ ਹੋਇਆ, ਜਿਸ ਦੇ ਦੌਰਾਨ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਦੋ ਆਰੋਪੀ ਫਰਾਰ ਹੋਣ ਵਿੱਚ ਢਾਬੇ ਵਾਲੇ ਜਿਹੜੇ ਗੱਡੀਆਂ 'ਚੋਂ ਡਰਾਈਵਰਾਂ ਨਾਲ ਮਿਲ ਕੇ ਤੇਲ ਕੱਢਦੇ ਨੇ, ਉਹਦੇ ਆਧਾਰ 'ਤੇ ਮੁਕਬਰੀ 'ਤੇ ਪਰਚਾ ਦਿੱਤਾ। ਉਹ ਟਰੱਕ 'ਚੋਂ ਮੋਟਰ ਦੇ ਨਾਲ ਤੇਲ ਕੱਢਦੇ ਸੀ, ਕੱਢ ਕੇ ਟੈਂਕੀ 'ਚ ਪਾਉਂਦੇ ਸੀ, ਉਹ ਟੈਂਕੀ 'ਚ ਕੱਢਦੇ ਫੜੇ ਨੇ। ਅਤੇ ਟਰੱਕ ਡਰਾਈਵਰ ਈਸ਼ਵਰ ਸਿੰਘ ਅਤੇ ਟੈਂਕੀ ਦਾ ਜਿਹੜਾ ਮਾਲਕ ਸੀ ਜਿਹਦੇ ਵਿੱਚ ਕੱਢਿਆ ਜਾ ਰਿਹਾ ਤੇਲ, ਉਹਦਾ ਨਾਮ ਕਮਲਜੀਤ ਸਿੰਘ ਅਤੇ ਢਾਬੇ ਦੇ ਮਾਲਕ ਟੇਕ ਸਿੰਘ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ, ਤਫਤੀਸ਼ ਜਾਰੀ ਹੈ। ਅਤੇ ਅਗਲੀ ਖਬਰ ਪਟਿਆਲਾ ਤੋਂ ਹੈ, ਜਿੱਥੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਅੱਜ ਹਫ਼ਤਾਵਾਰੀ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੰਗਤਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ। ਉਪਰੰਤ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਦੌਰਾਨ ਵੱਡੀ ਗਿਣਤੀ ਸੰਗਤਾਂ ਨੇ ਆਪਣੀ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਉਚੇਚੇ ਤੌਰ 'ਤੇ ਹਾਜ਼ਰ ਸਨ। ਸਮਾਪਤੀ ਉਪਰੰਤ ਆਏ ਹੋਏ ਪਤਵੰਤਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੋ ਇਸੇ ਖਬਰ ਦੇ ਨਾਲ ਹੀ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਵਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਉੱਤੇ। ਹਰਿਆਣਾ ਦੇ ਕੈਥਲ ਵਿੱਚ ਮਹਾ ਸਿੱਖ ਸੰਮੇਲਨ ਜਾਰੀ, ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋ ਸਕਦਾ ਐਲਾਨ, ਸ਼੍ਰੋਮਣੀ ਕਮੇਟੀ ਨੇ 7 ਜੁਲਾਈ ਨੂੰ ਰੋਸ ਦਿਵਸ ਮਨਾਉਣ ਦਾ ਕੀਤਾ ਫੈਸਲਾ। ਇਰਾਕ 'ਚ ਅਗਵਾ ਕੀਤੀਆਂ 46 ਭਾਰਤੀ ਨਰਸਾਂ, ਕੱਲ੍ਹ ਵਿਸ਼ੇਸ਼ ਜਹਾਜ਼ ਰਾਹੀਂ ਪਰਤੀਆਂ ਭਾਰਤ।
ਭਾਰਤ ਨੇ ਮੰਨਿਆ ਵੱਡੀ ਕਾਮਯਾਬੀ, ਬਾਕੀ ਭਾਰਤੀਆਂ ਨੂੰ ਵੀ ਛੇਤੀ ਵਾਪਸ ਲਿਆਉਣ ਦਾ ਭਰੋਸਾ। ਇਰਾਕ ਵਿੱਚੋਂ ਪੰਜਾਬ ਪਰਤੇ ਨਵਾਂਸ਼ਹਿਰ ਦੇ ਰਾਜਕੁਮਾਰ ਦੀ ਮਾਨਸਿਕ ਹਾਲਤ ਨੂੰ ਲੈ ਕੇ ਪਰਿਵਾਰ ਹੋਇਆ ਪਰੇਸ਼ਾਨ। ਇਰਾਕ ਵਿੱਚ ਕੰਪਨੀ ਦੇ ਤਸ਼ੱਦਦ ਦਾ ਹੋਇਆ ਸੀ ਸ਼ਿਕਾਰ, ਸਰਕਾਰੀ ਖਰਚੇ ਤੇ ਹੋਏਗਾ ਇਲਾਜ। ਅਤੇ ਦੇਸ਼ ਦੇ ਦਰਜਨਾਂ ਰੇਲਵੇ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਤੇ ਅੱਤਵਾਦੀਆਂ ਦੀ ਨਜ਼ਰ। ਫਿਰੋਜ਼ਪੁਰ ਰੇਲਵੇ ਮੰਡਲ ਨੂੰ ਮਿਲੇ ਇੱਕ ਧਮਕੀ ਭਰੇ ਖੱਤ 'ਚ ਹੋਇਆ ਖੁਲਾਸਾ, ਵਧਾਈ ਗਈ ਚੌਕਸੀ। ਸੋ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਕੁਝ ਹੋਰ ਖਬਰਾਂ ਲੈ ਕੇ ਮੈਂ ਸੁਖਵਿੰਦਰ ਸਿੰਘ ਜਲ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਘਟਨਾ ਦੀ।